जी मित्रा दी मजबानी खातर लहू दिले दा छाणी दा कट कलेजा कीतम बैरे सो भी लायक नाही तेरे होर तौफीक नहीं कुछ मेरे पियो कटोरा पानी दा मित्रा दी मजबानी खातर लहू दिले दा छाणी दा तू ही ताना तू ही बीना तू ही ताण नताणी दा मित्रा दी मजबानी खातर लहू दिले दा छाणी दा पंजाब इंस्टीट्यूट ऑफ लैंग्वेज आर्ट एंड कल्चर पिलाक लोक स्टूडियो तो तुहानू सारयां नू जी आयां नू कहना और ताड़ा मित्र खाकान हैदर गाजी अज एक नवे परौने नाल अज दे इस प्रोग्राम च ताड़े नाल हाजिर अज दे साढ़े मेहमान ने जनाब अली असगर अब्बास असी अली असगर अब्बास होरां नू अज अपने स्टूडियो जी आयां नू आखने सर तुहानू बहुत शुक्रिया जी ते सर कैसा लग्या तुहानू साडा स्टूडियो मेरे लई ते हैरान कुन अच्छा ते बड़ा माशाल्लाह बड़ी बड़ी अच्छी पिलाक ने बड़ी अच्छी प्रोग्रेस कीती जी और बड़ा अच्छा है कि तुसी पंजाबी जुबान की खिदमत वास्ते तुसी इस एंगल नाल भी तुसी सामने लिया सारा काम बहुत शुक्रिया सर सलामत रहो और जिवें मैं अपने इंट्रो दस्या कि अली असगर अब्बास साहब बहुत ही खूबसूरत शायर ने और बहुत सोहना लिखते ने असी उन्हां नाल गलबात करदे करन तो पहले उन्हां दा एक कलाम सुनने और कलाम सुन के असी वापस आवेंगे फिर तुहाडे नाल गपशप लावेंगे उन्हां दा कलाम सुनने जी करदा है ओहदे नाल रहो ये काफ़ी है अली असगर अब्बास होरां दी और इस काफ़ी तो असी आगाज़ करने हैं और अज्ज दे इस प्रोग्राम साडे नाल बहुत ही गुणी और ज्ञानी जिहड़े गुरुकार ने एक वड्डा नाम मेहदी हसन साहब दा और उन्हां दे शागिर्द ने आसफ जावेद मेहंदी साडे नाल ने उन्हां नूं असी जी आयां नूं आखने हैं जी आसफ जावेद मेहंदी साहब को असी गीत सुनने हैं फिर असी वापस आने हैं जी करदा ओदे नाल रवां जी करदा ओदे नाल रवां खुशहाल रवां बदहाल रवां जिस हाल रखे उस हाल रवां जी करदा ओदे नाल रवां फिक्की मिठी खट्टिया मैं रंगड़ नहीं जटिया न फिक्की मिठी खट्टिया मैं एक सूतर दी अट्टिया ते इको हथ दी बटिया बिन उस चरखे दी मालवा जी करदा ओदे नालवा जी करदा ओदे बस हर दम मेरे कोल वे मैं मंदा चंगा बोलवे बस हर दम मेरे कोल वे मैनू फोलवे मैनू रोलवे उस नूर दी मैं जी करदा ओ दे नाल रवां
ਇੱਕ ਸਾਰ ਬਣਾ ਉਹ ਅੰਤ ਤੇ ਮੈਂ ਆਵਾਜ਼ ਬਣਾ ਉਹ ਸੁਰ ਤੇ ਮੈਂ ਇੱਕ ਸਾਜ਼ ਬਣਾ ਦਮ ਸਾਜ਼ ਬਣੇ ਹਮਰਾਜ਼ ਬਣਾ ਫਿਰ ਪਾਉਂਦੀ ਰੋਜ਼ ਤਮਾਲ ਬਣਾ ਜੀ ਕਰਦਾ ਉਹਦੇ ਨਾਲ ਰਵਾਂ ਜੀ ਕਰਦਾ ਉਹਦੇ ਨਾਲ ਰਵਾਂ ਖੁਸ਼ਹਾਲ ਰਵਾਂ ਬਦਹਾਲ ਰਵਾਂ ਜਿਸ ਹਾਲ ਰੱਖੇ ਉਸ ਹਾਲ ਰਵਾਂ ਜੀ ਕਰਦਾ ਉਹਦੇ ਨਾਲ ਰਵਾਂ ਜੀ ਅਲੀ ਅਸਗਰ ਅਬਾਸ ਸਾਹਿਬ ਸਾਡੇ ਨਾਲ ਨੇ ਅਤੇ ਅਲੀ ਅਸਗਰ ਅਬਾਸ ਸਾਹਿਬ ਤੁਸੀਂ ਕਿੱਥੇ ਜੰਮੇ ਕਿੱਥੇ ਪਲੇ ਇਸ ਸ਼ੋਭੇ ਵੱਲ ਕਿਵੇਂ ਆਏ ਥੋੜ੍ਹਾ ਸਾਨੂੰ ਆਪਣਾ ਪਿਛੋਕੜ ਵੀ ਦੱਸੋ ਪਹਿਲੇ ਤਾਂ ਮੇਰੀ ਪੈਦਾਇਸ਼ ਚੰਗ ਦੀ ਹੈ ਜੀ ਅੱਛਾ ਔਰ ਮੇਰੇ ਵਾਲਦ ਸਾਹਿਬ ਦਾ ਨਾਮ ਮਾਸਟਰ ਚਿਰਾਗੁਦੀਨ ਸੀ ਮਾਸ਼ਾਅੱਲਾ ਜੀ ਔਰ ਅਲਹਮਦੁਲਿਲਾ ਉਹਨਾਂ ਦੀ ਵਹਿ ਤੋਂ ਸਾਡਾ ਪੂਰਾ ਘਰਾਣਾ ਜਿਹੜਾ ਹੈ ਉਹ ਇਲਮ ਅਦਬ ਦੇ ਨਾਲ ਸ਼ਗਫ ਸੀ ਸਾਨੂੰ ਸਾਰਿਆਂ ਨੂੰ ਕਿਉਂਕਿ ਵਾਲਦ ਸਾਹਿਬ ਨੂੰ ਅਸਾਜ਼ਾ ਦਾ ਕਲਾਮ ਬਹੁਤ ਬਣ ਯਾਦ ਸੀ ਵਾਹ ਉਹਨਾਂ ਦਾ ਸ਼ੌਕ ਸੀ ਉਹਨਾਂ ਦੇ ਬੱਚੇ ਵੀ ਜਿਹੜੇ ਨਾ ਉਹ ਇਲਮ ਅਦਬ ਦੇ ਨਾਲ ਮਸ ਕਰਨ ਵਾਹ ਅਲਹਮਦੁਲਿਲਾ ਅਸੀਂ ਤਕਰੀਬਨ ਸਾਰੇ ਭਰਾ ਜਿਹੜੇ ਤੁਹਾਨੂੰ ਪਤਾ ਹੈ ਜ਼ਾਹਿਰ ਹੈ ਜੀ ਉਹ ਪੂਰੀ ਇਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਸਾਰੀ ਇਲਮੋ ਅਦਬ ਨਾਲ ਜੁੜੀ ਹੋਈ ਹੈ ਸਾਫਤ ਨਾਲ ਜੁੜੀ ਹੈ ਔਰ ਲਿਟਰੇਚਰ ਨਾਲ ਇਹਨਾਂ ਦੀ ਬੜੀ ਜੁੜਤ ਹੈਗੀ ਹੈ ਅਤੇ ਅਲੀ ਅਸਗਰ ਅਬਾਸ ਸਾਹਿਬ ਤੁਸੀਂ ਇਬਤਦਾਈ ਤਾਲੀਮ ਵੀ ਝੰਗ ਤੋਂ ਹਾਸਲ ਕੀਤੀ ਜੀ ਨਹੀਂ ਹਾਂਜੀ ਲਾਇਲਪੁਰ ਤੋਂ ਲਾਇਲਪੁਰ ਤੋਂ ਤੁਸੀਂ ਫੈਸਲਾਬਾਦ ਫੈਸਲਾਬਾਦ ਉਦੋਂ ਲਾਇਲਪੁਰ ਵੀ ਝੰਗ 'ਚ ਮੇਰੇ ਖਿਆਲ ਨਹੀਂ ਨਹੀਂ ਲਾਇਲਪੁਰ ਝੰਗ ਤੱਕ ਲਾਇਲਪੁਰ ਸੀ ਹਾਂਜੀ ਝੰਗ ਇੱਕ ਜ਼ਮਾਨੇ 'ਚ ਸੀ ਸਾਡੀ ਪੈਦਾਇਸ਼ ਤੋਂ ਪਹਿਲੇ ਝੰਗ ਬਹੁਤ ਵੱਡਾ ਅੱਛਾ ਸਾਂਦਲਬਾੜ ਦਾ ਇਲਾਕਾ ਹਾਂਜੀ ਠੀਕ ਲੇਕਿਨ ਉਸ ਤੋਂ ਬਾਅਦ ਫਿਰ ਲਾਇਲਪੁਰ ਨੂੰ ਬਣਿਆ ਹੁਣ 100 ਸਾਲ ਹੋ ਗਏ 100 ਸਾਲ ਤੋਂ ਜ਼ਿਆਦਾ ਹੋ ਗਏ ਬਿਲਕੁਲ ਠੀਕ ਹੋ ਗਿਆ ਅਤੇ ਉਹ ਫੈਸਲਾਬਾਦ ਤੁਸੀਂ ਬਣਾਤਾ ਉਸਨੂੰ ਹਾਂਜੀ ਜਦੋਂ ਕਿ ਉਹ ਝੰਗ ਉਹ ਲਾਇਲਪੁਰ ਸੀ ਲਾਇਲਪੁਰ ਸੀ ਬਿਲਕੁਲ ਠੀਕ ਹੈ ਅਤੇ ਮੇਰੀ ਤਾਲੀਮ ਲਾਇਲਪੁਰ ਦੀ ਹੀ ਹੈ ਅੱਛਾ ਜੀ ਮੁਸਲਿਮ ਹਾਈ ਸਕੂਲ ਤਾਰਕਾਬਾਦ ਫਿਰ ਗਵਰਨਮੈਂਟ ਕਾਲਜ ਅੱਛਾ ਅਤੇ ਉਸ ਤੋਂ ਬਾਅਦ ਫਿਰ ਜਿਸ ਵੇਲੇ ਅਸੀਂ ਲਾਹੌਰ ਕਿਸ 1979 'ਚ ਵਾਲਦ ਸਾਹਿਬ ਨੇ ਵੱਡੇ ਭਾਈ ਸਾਹਿਬ ਦੀ ਵਜ੍ਹਾ ਤੋਂ ਲਾਹੌਰ 'ਚ ਸਕੂਨਤ ਇਖਤਿਆਰ ਕੀਤੀ ਅੱਛਾ ਜੀ ਅਤੇ ਮੈਨੂੰ ਵੀ ਲਾਹੌਰ ਆਉਣਾ ਪਿਆ ਠੀਕ ਹੈ ਔਰ ਇੱਥੇ ਆ ਕੇ ਫਿਰ ਜ਼ਿੰਦਗੀ ਦੇ ਸਾਰੇ ਮਰਹਲ ਜਿਹੜੇ ਨੇ ਫਿਰ ਤੈਅ ਕੀਤੇ ਉਹ ਹੀ ਇੱਥੇ ਰਹਿ ਗਏ ਫਿਰ ਅੱਛਾ ਸ਼ਾਇਰੀ ਨਾਲ ਤੁਸੀਂ ਪਹਿਲਾਂ ਹੀ ਮਤਲਬ ਕਿਸ ਤਰ੍ਹਾਂ ਜੁੜ ਪਈ ਸ਼ੇਰ ਕਿਹਾ ਕਿਹਾ ਜਾਵੇ ਤੁਹਾਡੇ ਅੰਦਰ ਸ਼ਾਇਰ ਬਚਪਨ ਤੋਂ ਹੈ ਸੀ ਸਭ ਤੋਂ ਪਹਿਲੀ ਅਹਿਮ ਗੱਲ ਜਿਹੜੀ ਜੀ ਉਹ ਹੈ ਕਿ ਤੁਹਾਡੇ ਘਰ ਦਾ ਮਾਹੌਲ ਜਿਸ ਕਿਸਮ ਦਾ ਹੋਏਗਾ ਜੀ ਜੀ ਤੁਹਾਨੂੰ ਉਸੇ ਤਰ੍ਹਾਂ ਦੀ ਗਰੋਥ ਮਿਲੇਗੀ ਠੀਕ ਹੈ ਲਿਹਾਜ਼ਾ ਕਿਉਂਕਿ ਮੇਰੇ ਪੜ੍ਹਨ ਲਿਖਣ ਦਾ ਮਾਹੌਲ ਸੀ ਅਖਬਾਰ ਵੀ ਘਰ ਆਉਣਾ ਰਸਾਲੇ ਵੀ ਆਉਂਦੇ ਕਿਤਾਬਾਂ ਵੀ ਆਉਂਦੀਆਂ ਮੇਰੀ ਤਾਂ ਮੇਰਾ ਤਾਂ ਸਕੂਲ ਮੈਨੂੰ ਨਹੀਂ ਯਾਦ ਕਿ ਮੈਂ ਕੋਈ ਸਕੂਲ ਤੋਂ ਨਿਕਲ ਕੇ ਅਤੇ ਕੋਈ ਮੈਂ ਗੇਮਸ ਖੇਲੀਆਂ ਜਿਹੜੀਆਂ ਬੱਚੇ ਰੂਟੀਨ ਦੇ ਬਣ ਕੇ ਕੈਂਚੇ ਔਰ ਜਿਹੜੇ ਗੋਲੀ ਡੰਡਾ ਜਾਂ ਕੋਈ ਹੋਰ ਗੇਮਸ ਖੇਲੀਆਂ ਮੈਂ ਸਕੂਲੋਂ ਆ ਕੇ ਵੀ ਮੈਂ ਕਿਤਾਬਾਂ ਦੇ ਨਾਲ ਜੁੜਿਆ ਹੁੰਦਾ ਸੀ ਅੱਛਾ ਮੈਂ ਆਪਣੇ ਕਮਰੇ ਜਾ ਕੇ ਰਸਾਲੇ ਲਿਆਉਣੇ ਲਾਇਬ੍ਰੇਰੀ ਇੱਕ ਆਨਾ ਲਾਇਬ੍ਰੇਰੀ ਹੁੰਦੀ ਸੀ ਹਾਂਜੀ ਉੱਥੋਂ ਅਫਸਾਨੇ ਦੀਆਂ ਕਿਤਾਬਾਂ ਲੈਣੀਆਂ ਜਾਸੂਸੀ ਰਾਜਿਸਟ ਲੈ ਕੇ ਆਉਣੀ ਜਾਸੂਸੀ ਇਮਰਾਨ ਸੀਰੀਜ਼ ਪੜ੍ਹਨੀਆਂ ਸਾਰੀਆਂ ਕਿਤਾਬਾਂ ਦੇ ਨਾਲ ਗੱਲ ਇੱਕ ਇਰਦ ਗਿਰਦ ਵੀ ਕਿਤਾਬਾਂ ਸਨ ਰਸਾਲੇ ਸਨ ਅਤੇ ਲਿਹਾਜ਼ਾ ਪੜ੍ਹਨ ਲਿਖਣ ਦਾ ਜਿਸਲੇ ਚਸਕਾ ਪੈ ਗਿਆ ਅਤੇ ਉਸ ਤੋਂ ਬਾਅਦ ਫਿਰ ਬੜਾ ਅੱਛਾ ਲੱਗਦਾ ਸੀ ਅੱਛਾ ਤੁਸੀਂ ਪੜ੍ਹੇ ਲਿਖੇ ਬੜੀ ਖੂਬਸੂਰਤ ਗੱਲ ਕੀਤੀ ਕਿ ਉਹ ਆਨੇ ਦਾ ਰਸਾਲਾ ਕਿਰਾਏ 'ਤੇ ਲਿਆਈਦਾ ਸੀ ਨਾਵਲ ਲਿਆਈਦਾ ਸੀ ਆਨਾ ਲਾਇਬ੍ਰੇਰੀ ਹੁੰਦੀ ਸੀ ਆਨਾ ਲਾਇਬ੍ਰੇਰੀ ਅਤੇ ਅੱਜ ਤੁਸੀਂ ਕੀ ਸਮਝਦੇ ਹੋ ਕਿ ਕਿਤਾਬ ਦੀ ਅਹਿਮੀਅਤ ਅੱਜ ਦਾ ਇਲੈਕਟ੍ਰੋਨਿਕ ਮੀਡੀਆ 'ਚ ਸਾਨੂੰ ਸਾਰੀ ਇਨਫੋਰਮੇਸ਼ਨ ਨੈੱਟ ਤੋਂ ਲੱਭ ਜਾਂਦੀ ਹੈ ਮੋਬਾਈਲ ਸਾਡੇ ਹੱਥ 'ਚ ਉਹ 'ਚ ਇੱਕ ਪੂਰੀ ਦੁਨੀਆ ਸਿਮਟ ਕੇ ਆ ਗਈ ਹੈ ਅਤੇ ਕਿਤਾਬ ਦੀ ਅਹਿਮੀਅਤ ਇੱਥੇ ਆ ਕੇ ਮੈਂ ਗੱਲ ਕਰਾਂਗਾ ਕਿਉਂਕਿ ਇਹ ਅਮੂਨ ਲੋਕ ਇਹ ਕਹਿੰਦੇ ਨੇ ਸਾਡੇ ਇੱਥੇ ਕਿਹਾ ਜਾਂਦਾ ਜੀ ਜੀ ਕਿ ਜੀ ਸੋਸ਼ਲ ਮੀਡੀਆ ਨੇ ਕਿਤਾਬ ਦੀ ਅਹਿਮੀਅਤ ਖਤਮ ਕਰ ਦਿੱਤੀ ਠੀਕ ਹੈ ਜੀ ਮੈਂ ਇਸ ਨੂੰ ਤਸਲੀਮ ਨਹੀਂ ਕਰਦਾ ਠੀਕ ਹੈ ਕਿਉਂਕਿ ਦੁਨੀਆ 'ਚ ਜਿੱਥੋਂ ਆਇਆ ਸੋਸ਼ਲ ਮੀਡੀਆ ਜਿੱਥੋਂ ਇਲੈਕਟ੍ਰੋਨਿਕ ਸਾਡੇ ਕੋਲ ਜਦੀਦ ਜਿੱਦਤ ਪਹੁੰਚੀ ਸਾਡੇ ਤੱਕ ਸਹੀ ਹੈ ਉੱਥੇ ਤਾਂ ਅੱਜ ਵੀ ਕਿਤਾਬ ਲੱਖਾਂ 'ਚ ਵਿਕਦੀ ਹੈ ਬਿਲਕੁਲ ਠੀਕ ਠੀਕ ਹੈ ਜੀ ਉੱਥੇ ਤਾਂ ਅੱਜ ਵੀ ਅਖਬਾਰ ਹਰ ਇੱਕ ਫੈਮਿਲੀ ਵਿੱਚ 4 ਮੈਂਬਰ ਨੇ ਅਤੇ 4 ਦਾ ਆਪਣੀ ਆਪਣੀ ਮਰਜ਼ੀ ਦਾ ਅਖਬਾਰ ਆਉਂਦਾ ਅੱਛਾ ਠੀਕ ਹੈ ਨਾ ਉਹਨਾਂ ਕੋਲ ਵੀ ਮੋਬਾਈਲ ਨੇ ਉਹਨਾਂ ਕੋਲ ਵੀ ਸਾਰਾ ਸਿਸਟਮ ਮੌਜੂਦ ਹੈ ਗੱਲ ਹੈਗੀ ਕਿ ਸਾਡਾ ਹਿਸਾਬ ਹੈ ਉਖਲ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆ ਫੜਿਆ ਬਿਲਕੁਲ ਠੀਕ ਹੈ ਠੀਕ ਹੈ ਨਾ ਸਾਨੂੰ ਅਜੀਬੋ ਗਰੀਬ ਲੱਗਦਾ ਠੀਕ ਹੈ ਮੈਂ ਸਮਝਦਾ ਕਿ ਤੁਸੀਂ ਕਹਿੰਦੇ ਹੋ ਕਿ ਕਿਤਾਬ ਦੀ ਅਹਿਮੀਅਤ ਘੱਟ ਗਈ ਕਿ ਕਿਤਾਬ ਦੀ ਅਹਿਮੀਅਤ ਕਤਈ ਤੌਰ 'ਤੇ ਨਹੀਂ ਘਟੀ
क्योंकि जो अपना एक प्रिंट मीडिया की अहमियत है ना, जो एक हरफे मतबूआ की अहमियत है जी जी, तो असि यह प्रोग्राम मिसाल असी मिसाल के तौर पर प्रोग्राम कर देते हैं, ये टीवी से चला जाएगा ठीक है जी, ठीक है जी, असी किसी दसांगे कि यह लिंक देवे बड़ी तलाश करके सा प्रोग्राम देखेगा ठीक है। किताब तुम रिकमेंड कर दो, किताब किसी को दस देंगे वो लाइब्रेरी तो भी जाके ले लेगा, दुकान तो भी जाके ले लेगा, किसी दोस्त को भी लेके पढ़ लेगा। जो हरफे मतबूआ है ना वो परमानेंट चीज है, वो एक तारीखी दस्तावेज है। नहीं मैं तुहाड़ी गल नूं सैकंड करना और मैं भी इस गल नूं मानना कि किताब की अहमियत जी कभी नहीं खत्म हो सकती है। वे लेकिन सवाल ये कि अज जी सा अज की पीढ़ी है जी अज की जनरेशन है वो जिस तरह सोशल मीडिया के नाल और नैट के नाल अटैच है, और किताब अगर 1000 छपी है या 100 छपी है या 500 छपी है या इस तो भी ज़्यादा छपी है, वो एक तादाद है वे जी साढ़े को लाइब्रेरी दसिया जी लभ जाएगी सानू, और अज एक क्लिक के उत्ते किताब जी सानू लभ जाती है जी। तुहानू सोशल मीडिया के उपर किताब सोशल मीडिया तुहानू गाइड करता है कि नवी किताब फलाना फलानी किताब है ये नवी मेरा सर सवाल बच रहा है, मैं गल जी कर रहा मुकम्मल नहीं होया कि जी जनरेशन हटी है किताब नूं पढ़न तो, ईवन दैन के PDF की फाइल बन के भी साढ़े को आ जाती है, और अज की जनरेशन किताब नहीं पढ़ना चाहती, नैट पर लिख दी है कोई मालूम चाहिए हो ना लिखा उस मालूम का सर्च जी मशीन है उन्हें सर्च करके मालूम दे देनी, किताब फिर नहीं उन्हें छेड़ी। काकान साहब किस तरह लियावे गल है व्या की तरबियत का फुकदान है। बिल्कुल ठीक है, ठीक है, साढ़े कोलों साढ़े असाजा पुछते सन भी कि किताब से मुताला की पढ़ रहे हो की कर रहे हो, ठीक है जी। अज तो उस्ताद के अपने हाथ भी मोबाइल है, वो भी मोबाइल से मसरूफ है, ठीक है। एक जमाने से तुम याद होगा तुम कि जिस ग्रेजुएशन लैवल के उपर तुम पढ़ाया गया सी कि नवी नवी जी चीज़ा आई ने, मिसाल के तौर पर TV आया, बिल्कुल ठीक, पहले गड्डी आई तो लोग घर से बाहर चले गए, बिल्कुल ठीक, ठीक है, पिकनम कनान चले जाते सर घर की एक जी जुड़त से खत्म हो गई, उस तो बाद फिर TV आया तो फिर लोग सारे घर चो वापस आ गए, ठीक है। हूँ उस तो बाद मोबाइल आ गया, जदीद तरीन थोड़े को मॉडर्न चीज़ आ गई, लेकिन अफसोसनाक चीज़ है कि तुम्हारी तरबियत नहीं हुई। बिल्कुल ठीक, ओदी वजह है कि तुम अपने अंदर खानदानी निज़ाम जरा ना उस बुनियादी तौर पर तुम घर का जहे जहाँ माहौल बनाओगे ठीक है, वैसा ही अगर नसल अगर ट्रांसमिट करोगे ठीक है। ते लिहाजा सानू बुनियादी गल है कि सानू खानदानी सिस्टम दे उपर ये ते फिर सर होया ना कि इंडिविजुअल सतह ते हर बंदे नू अपने घर दा माहौल बेहतर करना पएगा, और ताकि किताबल अज दा जिहड़ा वे नवी नसल दा जिहड़ा नौजवान है किताबल आ सके। देखो जी असीं अपने सानू किताब पढ़ने दा शौक सी, नहीं नहीं सर वो ते दौर उस बाद वो दौर नहीं जी अज दे दौर च, हां जी मैं अपने बच्चे मेरी बेटियां नू किताबां पढ़ने दा शौक है, इस गलों कि मैं उन्होंने कहा कि छुट्टियों के जिस वे स्कूल छुट्टियां होंगे सन कि पुत्र अलमारी के ऐसी किताबें लेके पढ़िया अली असगर अब्बास साहब, मैं गाइड नहीं करना हर घर च दा वालद जेड़ा अली असगर अब्बास नहीं है ना, और तुसी वेखो ना चंद एक लोग ने ताडे वर्गे मसाली जिन्होंने अगों अपने बच्चों की तरबियत यहो जी की है कि उन्होंने बुक रीडिंग का शौक है। असी बहुत सारे लोगों की मिसाल दे सकते हैं कि उत्थे सारा दिन सवाए जड़ा अपनी क्लास नू चेंज करन दे या कपड़े या जुत्ती या चीज़ां जड़ियां ने कार कोठी बंगला ए बच्चे आने भी इनू म्यार बना लिया, अच्छे मोबाइल नू म्यार बना लिया, किताब नू नहीं म्यार बनाया। यह फाल्स है, यह सारा धोखा है, यह लिफाफा है। जदों तक असी असली हकीकत नू जिंदगी की असली हकीकत नू नहीं जाणांगे उदों तक असी इहदे पासे टुरे जाणगे। सानू लिफाफा नहीं बनना चाहिए ना बच्चों बनाना चाहिए, सानू लोगों रियलिटीज़ ते बिलीव करना चाहिए। ये की करना चाहिए कि असी इधर वापस आ जाइए उस देखो जी तुसी पंजाबी दे शोबे नाल मुंसलिक हो जी जी, इस इदारे तो तुसी तमाम क्लासिक पंजाबी लिटरेचर जड़ा ना अब असाजा तुसी मुतारफ करवा रहे हो, जे पंजाबी लिखण वाले उन्होंने मुतारफ करवा रहे हो, तुसी इस शोबे की इस जबान की खिदमत कर रहे हो। तुहानू ये पता है कि पंजाबी का जड़ा क्लासिक है ये सदियों तो है, बेशक ठीक है ना, और बड़ा रिच है पंजाबी का अदब, पंजाबी का कल्चर बहुत रिच अदब है, ठीक है। तुसी ये देख लो अज भी नवा गान वाला नवा सिंगर उदों तक पॉपुलर नहीं हुंदा जो तक पंजाबी जबान का कोई गीत पंजाबी जबान की कोई काफ़ी पंजाबी जबान की कोई चीज़ नहीं गाँदा,
ਗਾਣ ਦੀ ਗੱਲ ਹੋਈ ਹੈ ਤੇ ਅਸੀਂ ਆਸਾ ਜਵੇਦ ਮਹਿੰਦੀ ਸਾਹਿਬ ਬੈਠੇ ਨੇ, ਤੁਹਾਡੀ ਇੱਕ ਜਿਹੜਾ ਨਾ ਗੀਤ ਹੀ ਸੁਣਨੇ ਆ, ਤੁਸੀਂ ਗੀਤ ਦੀ ਗੱਲ ਕੀਤੀ ਹੈ, ਹਰ ਚਾਰਾ ਕਰਕੇ ਵੇਖ ਲਿਆ ਗੱਲ ਬਣਦੀ ਨਹੀਂ, ਬਹੁਤ ਸੋਹਣਿਆ ਸੋਹਣਾ ਗੀਤ ਹੈ ਔਰ ਆਸਫ ਜਵੇਦ ਮਹਿੰਦੀ ਸਾਹਿਬ ਕੋਲ ਸੁਣਨੇ ਆ ਅਸੀਂ ਜੀ, ਹਰ ਚਾਰਾ ਕਰਕੇ ਵੇਖ ਲਿਆ ਗੱਲ ਬਣਦੀ ਨਹੀਂ। चारा करके वेख लिया गल बनदी नहीं, की दसी मर के वेख लिया गल बनदी नहीं, हर चारा करके वेख लिया गल बनदी नहीं, की दसी मर के वेख लिया गल बनदी नहीं। ਆਸਫ ਜਵੇਦ ਮਹਿੰਦੀ ਸਾਹਿਬ ਸੁਣਾ ਰਹੇ ਸਨ ਸਾਨੂੰ ਹਰ ਚਾਰਾ ਕਰਕੇ ਵੇਖ ਲਿਆ ਗੱਲ ਬਣਦੀ ਨਹੀਂ, ਬਹੁਤ ਹੀ ਖੂਬਸੂਰਤ ਗੀਤ ਔਰ ਸਰ ਬੜਾ ਖੂਬਸੂਰਤ ਗੀਤ ਲਿਖਿਆ ਤੁਸੀਂ, ਹੁਣ ਸ਼ਾਇਰੀ ਵੱਲ ਮੇਰਾ ਖਿਆਲ ਆ ਜਾਈਏ ਅਸੀਂ, ਕਿਉਂਕਿ ਗੱਲ ਸ਼ਾਇਰੀ ਦੀ ਸ਼ੁਰੂ ਹੋ ਗਈ, ਅਤੇ ਕਿਸ ਤਰ੍ਹਾਂ ਤੁਸੀਂ ਸ਼ਾਇਰੀ ਵੱਲ ਕਿਵੇਂ ਆ ਗਏ ਨਾ, ਇਹ ਤਾਂ ਤੁਸੀਂ ਦੱਸਿਆ ਘਰ ਦਾ ਮਾਹੌਲ ਲਿਟਰੇਰੀ ਸੀ, ਪੰਜਾਬੀ ਸ਼ੇਅਰ ਗੀਤ। ਮਜ਼ੇ ਦੀ ਗੱਲ ਹੈ ਕਿ ਮੈਂ ਸ਼ਾਇਰੀ ਦਾ ਆਗਾਜ਼ ਕੀਤਾ ਅਤੇ ਮੈਂ ਪੰਜਾਬੀ ਜ਼ੁਬਾਨ ਤੋਂ ਕੀਤਾ ਜੀ, ਠੀਕ ਹੈ, ਮੈਂ ਪੰਜਾਬੀ 'ਚ ਨਜ਼ਮ ਲਿਖੀ ਔਰ ਉਰਦੂ 'ਚ ਮੈਂ ਗਜ਼ਲ ਲਿਖੀ, ਔਰ ਫਿਰ ਰਫਤਾ ਰਫਤਾ ਇਹ ਹੋਇਆ ਕਿ ਕਾਫੀ ਜਿਹੜੀ ਹੈ ਉਹ ਮੇਰੇ ਖੂਨ 'ਚ ਰਚ ਵਸ ਗਈ,
ठीक है जी, क्योंकि साडा क्लासिक का बड़ा जो सरमाया है जो बहुत बड़ा असासा है वो काफ़ी है, काफ़ी है। तो अलहमदुल्ला मैं इस ते अपना जड़ा है मैनू तो अता है। अच्छा, इन कोई दिन ऐसा नहीं गुजरता जो मैं कोई चीज़ नहीं लिखता उर्दू या पंजाबी, ठीक है ना जी। अलहमदुल्ला मेरा कलम और किरदार मेरा अज भी इसे को मैं कहना कि किताब का लोग कहने किताब का किताब जी पढ़त है वह ख़त्म हो गई या रुक गई, ऐसी गल नहीं है। अच्छा, किताब तुम चले जाओ मार्केट जितने बड़े बड़े पब्लिशर्स ने उन्हों का हर साल गड्डी का मॉडल भी बदलता, हर दो चार साल बाद कोठी का डिजाइन भी बदल जाता, पर शायर का नहीं ना। ठीक है जी, ਇਹ ਬਦਕਿਸਮਤੀ ਹੈ ਸਾਡੀ ਦੁਨੀਆ 'ਚ, ਦੁਨੀਆ 'ਚ ਸ਼ਾਇਰੀ ਦੁਨੀਆ 'ਚ ਹਰ ਮੁਸੰਨਫ ਜਿਹੜਾ ਨਾ ਦੁਨੀਆ 'ਚ ਜਿਹਦੀ ਕਿਤਾਬ ਇੱਕ ਦਫ਼ਾ ਅੱਛੀ ਅੱਵਲ ਤੇ ਪਬਲਿਸ਼ਰ ਜਿਹੜੇ ਨਾ ਉਹਨਾਂ ਦੀ ਖੁਦ ਆਪਣੀ ਕਾਵਿਸ਼ ਵੀ ਹੁੰਦੀ ਹੈ। ਠੀਕ ਹੈ ਜੀ, ਪਬਲਿਸ਼ਰ ਕਿਤਾਬ ਛਾਪਦਾ ਤਾਂ ਉਸਦੀ ਮਾਰਕੀਟਿੰਗ ਵੀ ਕਰਦਾ। ਸਾਡੇ ਇੱਥੇ ਮੁਸੀਬਤ ਇਹ ਕਿ ਲਿਖੀਏ ਵੀ ਆਪ, ਛਪਵਾਈਏ ਵੀ ਆਪ, ਅਕਸਰ ਤੇ ਪੜ੍ਹੀਏ ਵੀ ਆਪ, ਪੜ੍ਹਾਈਏ ਵੀ ਆਪ। ਬਿਲਕੁਲ ਸਹੀ ਸਮਝੇ। ਬਹੁਤ ਅੱਛੀਆਂ ਖੂਬਸੂਰਤ ਇਮਰਾਨ ਹਕ ਚੌਹਾਨ ਸਾਹਿਬ ਨੇ ਸਾਡੇ ਦੋਸਤ ਨੇ, ਉਹਨਾਂ ਨੇ ਬੜੀਆਂ ਅੱਛੀਆਂ ਕਿਤਾਬਾਂ ਤਰਜਮਾ ਵੀ ਕੀਤੀਆਂ ਅੰਗਰੇਜ਼ੀ ਤੋਂ ਉਰਦੂ 'ਚ, ਨਾਵਲ ਵੀ ਕੀਤੇ ਨੇ, ਬਾਬੀਤੀਆਂ ਵੀ ਕੀਤੀਆਂ ਨੇ, ਸਫ਼ਰਨਾਮਾ ਵੀ ਬਹੁਤ ਅੱਛੇ, ਬਹੁਤ ਖੂਬਸੂਰਤ ਸਫ਼ਰਨਾਮੇ ਲਿਖੇ ਨੇ ਜਿਹੜੇ ਕਿ ਤੁਹਾਡੇ ਕੌਮੀ ਅਖਬਾਰਾਤ ਨੇ ਬਾਕਾਇਦਾ ਕਿਸ਼ਤਵਾੜ ਛਾਪੇ, ਕਿਸ਼ਤਵਾੜ ਛਾਪੇ। ਠੀਕ ਹੈ ਜੀ, ਔਰ ਉਹਨਾਂ ਨੂੰ ਬੜੀ ਉਹਦੀ ਫੀਡਬੈਕ ਵੀ ਮਿਲਦੀ ਹੈ। ਅੱਛਾ, ਮਗਰ ਪਬਲਿਸ਼ਰ ਜਿਹੜਾ ਉਹਨਾਂ ਦੀ ਕਿਤਾਬ ਜਿਹੜੀ ਹੈ ਉਹਨੂੰ ਬੜੇ ਸ਼ੌਕ ਨਾਲ ਬੜੇ ਇਹਤਮਾਮ ਨਾਲ ਛਾਇਆ ਕਰਦਾ, ਸਟਾਲਾਂ 'ਤੇ ਐਗਜ਼ਿਬਿਟ ਵੀ ਕਰਦਾ, ਉਹ ਕਿਤਾਬ ਹੌਟ ਕੇਕ ਦੀ ਤਰ੍ਹਾਂ ਵਿਕਦੀ ਵੀ ਹੈ, ਮਗਰ ਸਾਡੇ ਉਸ ਰਾਈਟਰ ਨੂੰ ਇਮਰਾਨ ਉਲ ਹੱਕ ਚੌਹਾਨ ਨੂੰ ਕੁਝ ਨਹੀਂ ਲੱਗਦਾ। ਅੱਛਾ, 10-15 ਕਿਤਾਬਾਂ ਦੇ ਇਹ ਜੀ, ਉਹਦੇ 500 ਮੁੱਕਦੇ ਕਿਉਂ ਨਹੀਂ ਸਰ? ਸਰ ਮੁੱਕਦੀ ਇਸ ਗੱਲੋਂ ਨਹੀਂ ਕਿ ਤੁਹਾਡੇ ਇੱਥੇ ਦਸਤਾਵੇਜ਼ੀ ਕੰਮ ਹੁਣ ਸਟਾਰਟ ਹੋਇਆ ਨਾ, ਕਾਪੀਰਾਈਟ ਦਾ ਕੋਈ ਸਿਲਸਿਲਾ ਨਹੀਂ ਹੈ। ਕਾਪੀਰਾਈਟ ਦਾ ਕੋਈ ਸਿਲਸਿਲਾ ਨਹੀਂ ਹੈ। ਹਾਂਜੀ, ਅੱਛਾ ਜੀ, ਗੱਲ ਅਸੀਂ ਸ਼ਾਇਰੀ 'ਤੇ ਹੀ ਫਿਰ ਆਉਂਦੇ ਹਾਂ ਤੁਹਾਡੇ ਕੋਲੋਂ ਕੁਛ ਅਸੀਂ ਸੁਣਦੇ ਹਾਂ। ਤੁਸੀਂ ਅੱਜ ਇਤਫਾਕ ਨਾਲ ਸਾਨੂੰ ਲੱਭ ਗਏ ਹੋ, ਬੜੀ ਖੁਸ਼ਕਿਸਮਤੀ ਹੈ ਸਾਡੀ ਕਿ ਪਿਲਾਗ ਦੇ ਲੋਕ ਸਟੂਡੀਓ 'ਚ ਤੁਸੀਂ ਤਸ਼ਰੀਫ ਲਿਆਏ ਹੋ ਅਤੇ ਅਸੀਂ ਸ਼ਾਇਰੀ ਤੁਹਾਡੇ ਮੂੰਹ ਤੋਂ ਨਾ ਸੁਣੀਏ ਜੀ। ਚਲੋ ਜੀ, ਇੱਕ ਗਜ਼ਲ ਔਰ ਇੱਕ ਕਾਫੀ ਸੁਣਾਵਾਂਗਾ। ਜੀ ਜ਼ਰੂਰ, ਕਾਫੀ ਸੁਣੋ ਜੀ। ਨੀ ਮੈਂ ਪਾਣੀ ਭਰਨੋ ਰਹਿ ਗਈ, ਨੀ ਮੈਂ ਪਾਣੀ ਭਰਨੋ ਰਹਿ ਗਈ, ਨੀ ਮੈਂ ਪਾਣੀ ਭਰਨੋ ਰਹਿ ਗਈ, ਜੀ ਜੀ, ਕਨਸੋਈ ਦੀ ਆਦਤ ਪੈੜੀ, ਜੀ ਜੀ, ਐਵੇਂ ਗੱਲਾਂ ਸੁਣਨੇ ਬਹਿ ਗਈ, ਕਨਸੋਈ ਦੀ ਆਦਤ ਪੈੜੀ, ਐਵੇਂ ਗੱਲਾਂ ਸੁਣਨੇ ਬਹਿ ਗਈ, ਨੀ ਮੈਂ ਪਾਣੀ ਭਰਨੋ ਰਹਿ ਗਈ। ਵਾਹ ਵਾਹ, ਅਮੜੀ ਕੋਲ ਰਸੋਈ ਪਾਇਆ, ਆਹਾ, ਚੁੱਲ੍ਹਾ ਚੌਂਕਾ ਕਰਨ ਸਿਖਾਇਆ, ਕੀ ਬਾਤ ਹੈ, ਅਮੜੀ ਕੋਲ ਰਸੋਈ ਪਾਇਆ, ਚੁੱਲ੍ਹਾ ਚੌਂਕਾ ਕਰਨ ਸਿਖਾਇਆ, ਮੇਰੇ ਤੋਂ ਆਟਾ ਗੁਣਵਾਇਆ, ਆਟੇ ਦਾ ਪੇੜਾ ਬਣਵਾਇਆ, ਵਾਹ ਵਾਹ, ਰੋਟੀ ਛੰਡ ਤਵੇ ਤੇ ਪਾਉਂਦਿਆਂ ਅੱਧੀ ਚੁੱਲ੍ਹੇ ਪੈ ਗਈ, ਕੀ ਬਾਤ ਹੈ, ਨੀ ਮੈਂ ਪਾਣੀ ਭਰਨੋਂ ਰਹਿ ਗਈ, ਰਹਿ ਗਈ, ਮਾਂ ਨੇ ਕੋਰਾ ਘੜਾ ਮੰਗਾਇਆ, ਵਾਹ, ਮੈਂ ਮਰਜ਼ੀ ਦਾ ਰੰਗ ਕਰਾਇਆ, ਵਾਹ ਵਾਹ, ਮਾਂ ਨੇ ਕੋਰਾ ਘੜਾ ਮੰਗਾਇਆ, ਮੈਂ ਮਰਜ਼ੀ ਦਾ ਰੰਗ ਕਰਾਇਆ, ਵਿਹੜੇ ਵਿੱਚ ਕੜੌਂਚ ਤੇ ਧਰ ਕੇ ਮੋਤੀਏ ਫੁੱਲਾਂ ਨਾਲ ਸਜਾਇਆ, ਆਹਾ, ਵਾਹ ਜੀ ਵਾਹ, ਪਾਣੀ ਭਰਨੇ ਜਾਣ ਸਮੇਂ ਮੈਂ ਸੁਫਨੇ ਕੱਤਣ ਬਹਿ ਗਈ, ਵਾਹ, ਨਹੀਂ ਮੈਂ ਪਾਣੀ ਭਰਨੋਂ, ਨਹੀਂ ਮੈਂ ਪਾਣੀ ਭਰਨੋਂ ਰਹਿ ਗਈ, ਪਿਓ ਵੀਰਾਂ ਦੇ ਲੀੜੇ ਤੋਂ ਆ, ਵਾਹ, ਬੋ ਵਿੱਚੋਂ ਸੁੰਘਾਂ ਖੁਸ਼ਬੋ, ਆਹਾ, ਪਿਓ ਵੀਰਾਂ ਦੇ ਲੀੜੇ ਤੋਂ ਆ, ਬੋ ਵਿੱਚੋਂ ਸੁੰਘਾਂ ਖੁਸ਼ਬੋਵਾਂ, ਵਾਹ, ਹਸਤੀ ਖੇਡਦੀ ਐਵੇਂ ਰੋਵਾਂ, ਮੈਨੂੰ ਰੋਂਦਿਆਂ ਵੇਖ ਕੇ ਅੰਬੜੀ ਆਪ ਹੀ ਰੋਣ ਬਹਿ ਗਏ, ਹਾਏ ਹਾਏ, ਨੀ ਮੈਂ ਪਾਣੀ ਭਰਨੋਂ ਰਹਿ ਗਈ, ਵਾਹ ਜੀ ਵਾਹ, ਕਨਸੋਈ ਦੀ ਆਦਤ ਪੈੜੀ, ਐਵੇਂ ਗੱਲਾਂ ਸੁਣਨੇ ਬਹਿ ਗਏ, ਨਹੀਂ ਮੈਂ ਪਾਣੀ ਭਰਨੋਂ, ਪਾਣੀ ਭਰਨੋਂ, ਗਜ਼ਲ ਜੀ ਜੀ, ਸ਼ਾਮਾਂ ਪੈਂਦਿਆਂ ਚੜ੍ਹ ਕੇ ਆਏ ਜੂੰ ਬਾਰਾਤ ਹਨੇਰੇ ਦੀ, ਵਾਹ, ਸ਼ਾਮਾਂ ਸ਼ਾਮਾਂ ਪੈਂਦਿਆਂ ਚੜ੍ਹ ਕੇ ਆਏ ਜੂੰ ਬਾਰਾਤ ਹਨੇਰੇ ਦੀ, ਹਰ ਪਾਸੇ ਹੀ ਹੋਣ ਲੱਗ ਪਈ ਫਿਰ ਗੱਲਬਾਤ ਹਨੇਰੇ ਦੀ, ਵਾਹ ਜੀ ਵਾਹ, ਕੀ ਬਾਤ, ਹਰ ਪਾਸੇ ਹੀ ਹੋਣ ਲੱਗ ਪਈ ਫਿਰ ਗੱਲਬਾਤ ਹਨੇਰੇ ਦੀ, ਨਿੰਨਾ ਨਿੱਕਾ ਜਿੰਨਾ ਜੁਗਨੂੰ ਉਹਨੂੰ ਲਲਕਰ ਮਾਰ ਕੇ ਢਾ ਲੈਂਦਾ, ਨਿੱਕਾ ਜਿੰਨਾ ਜੁਗਨੂੰ ਉਹਨੂੰ ਲਲਕਰ ਮਾਰ ਕੇ ਢਾ, ਨਿੱਕਾ ਜਿੰਨਾ ਜੁਗਨੂੰ ਉਹਨੂੰ ਲਲਕਰ ਮਾਰ ਕੇ ਢਾ ਲੈਂਦਾ, ਚਾਨਣ ਦੀ ਇੱਕ ਲਾਟ ਦੇ ਅੱਗੇ ਕੀ ਔਕਾਤ ਹਨੇਰੇ,
ਚਾਨਣ ਦੀ ਇੱਕ ਲਾੜ ਦੇ ਅੱਗੇ, ਚਾਨਣ ਦੀ ਇੱਕ ਲਾੜ ਦੇ ਅੱਗੇ ਕੀ ਔਕਾਤ ਹਨੇਰੇ ਦੀ, ਨਿੱਕਾ ਜਿੰਨਾ ਜੁਗਨੂੰ ਉਹਨੂੰ ਲਲਕਰ ਮਾਰ ਕੇ ਟਾ ਲੈਂਦਾ। ਵਾਹ ਜੀ ਵਾਹ। ਚਾਨਣ ਦੀ ਇੱਕ ਲਾੜ ਦੇ ਅੱਗੇ ਕੀ ਔਕਾਤ ਹਨੇਰੇ ਦੀ, ਲੋਡੇ ਵੇਲੇ ਹੀ ਕਾਲੀਆਂ ਕਾਵਾਂ ਅੱਜ ਤੇ ਪਲਟਾ ਮਾਰਿਆ ਹੈ, ਲੋਡੇ ਵੇਲੇ ਹੀ ਕਾਲੀਆਂ ਕਾਵਾਂ ਅੱਜ ਤੇ ਪਲਟਾ ਮਾਰਿਆ ਹੈ, ਕਾਂ ਕਾਂ ਕਰਕੇ ਕਰਦੇ ਜਾਂਦੇ ਨੇ ਹੈ ਹਾਥ ਹਨੇਰੇ ਦੀ। ਬਹੁਤ ਅੱਛਾ। ਲੋਡੇ ਵੇਲੇ ਕਾਲੀਆਂ ਕਾਵਾਂ ਅੱਜ ਤੇ ਪਲਟਾ ਮਾਰਿਆ ਹੈ, ਕਾਂ ਕਾਂ ਕਰਕੇ ਕਰਦੇ ਜਾਂਦੇ ਨੇ ਹੈ ਹਾਥ ਹਨੇਰੇ ਦੀ, ਗੱਲਾਂ ਬਾਤਾਂ ਨਾਲ ਕਿਸੇ ਦੀ ਨਿੰਦਿਆ ਕਰਨੀ ਸੌਖੀ ਹੈ। ਵਾਹ। ਗੱਲਾਂ ਬਾਤਾਂ ਨਾਲ ਕਿਸੇ ਦੀ ਨਿੰਦਿਆ ਕਰਨੀ ਸੌਖੀ ਹੈ, ਕੌਣੇ ਜਿਹੜਾ ਦੀਵਾ ਬਾਲ ਦੇ ਕਰਦੇ ਮਾਥ ਹਨੇਰੇ ਦੀ। ਬਹੁਤ ਅੱਛੇ। ਕੌਣੇ ਜਿਹੜਾ ਦੀਵਾ ਬਾਲ ਕੇ ਕਰਦੇ ਮਾਥ ਹਨੇਰੇ ਦੀ, ਸ਼ਿਕਰ ਦੁਪਹਿਰਾਂ ਵੇਲੇ ਚਾਰੋਂ ਪਾਸੇ ਰਹਿਣ ਬਸੇਰਾ ਹੈ, ਵਾਹ ਕਾਲੇ ਬੱਦਲਾਂ ਖਬਰੇ ਕੱਲੀਏ ਸੌਗਾਤ ਹਨੇਰੇ ਦੀ। ਵਾਹ ਜੀ ਵਾਹ। ਔਰ ਰਾਤ ਪਵੇ ਤੇ ਅਸਮਾਨਾਂ ਤੇ ਤਾਰੇ ਟਹਿਕਣ ਲੱਗਦੇ ਨੇ, ਵਾਹ ਚੰਦ ਵੀ ਉਹਨਾਂ ਕੋਲੋਂ ਪੁੱਛਦਾ ਆ ਕੇ ਸਾਥ ਹਨੇਰੇ ਦੀ। ਕਿਆ ਬਾਤ। ਹਾਂਜੀ, ਕਹਿੰਦੇ ਨੇ ਵੀ ਕੁੱਖ ਹਨੇਰੀ ਰਾਹ 'ਚ ਨੇ ਅਸਰਾਰ ਬੜੇ। ਇਸੇ ਲਈ ਤੇ ਅੱਲਾ ਲੋਕ ਨੇ ਲੈਂਦੇ ਵਾਤ ਹਨੇਰੇ ਦੀ, ਮੈਨੂੰ ਆਪਣੇ ਨਾਲ ਦਾ ਸੂਰਜ ਹੋਰ ਲਿਆਉਣਾ ਪੈ ਜਾਣਾ। ਵਾਹ 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 ਵਾਹ। ਮੈਨੂੰ ਆਪਣੇ ਨਾਲ ਦਾ ਸੂਰਜ ਹੋਰ ਲਿਆਉਣਾ ਪੈ ਜਾਣਾ, ਅੱਧੀ ਦੁਨੀਆਂ ਤੇ ਨਹੀਂ ਚੱਲੀ ਜਾਂਦੀ ਚਾਤ ਹਨੇਰੇ ਦੀ। ਕਿਆ ਬਾਤ ਹੈ। ਵਾਹ ਵਾਹ। ਅੱਧੀ ਦੁਨੀਆਂ ਤੇ ਨਹੀਂ ਚੱਲੀ ਜਾਂਦੀ ਚਾਤ ਹਨੇਰੇ ਦੀ, ਸ਼ਾਇਰ ਤੇ ਦਰਵੇਸ਼ ਤੇ ਸੂਫੀ, ਚੋਰ ਉਚੱਕੇ ਚੌਕੀਦਾਰ। ਕਿਆ ਬਾਤ। ਸ਼ਾਇਰ ਤੇ ਦਰਵੇਸ਼ ਤੇ ਸੂਫੀ, ਚੋਰ ਉਚੱਕੇ ਚੌਕੀਦਾਰ, ਸਭਨਾਂ ਦੇ ਲਈ ਵੱਖਰੋ ਵੱਖਰੀ ਹੈ ਵੇ ਜ਼ਾਤ ਹਨੇਰੇ ਦੀ। ਵਾਹ ਜੀ ਵਾਹ। ਵਾਹ ਵਾਹ ਵਾਹ। ਸ਼ਾਇਰ ਤੇ ਦਰਵੇਸ਼ ਤੇ ਸੂਫੀ, ਚੋਰ ਉਚੱਕੇ ਚੌਕੀਦਾਰ, ਸਭਨਾਂ ਦੇ ਲਈ ਵੱਖਰੋ ਵੱਖਰੀ ਹੈ ਵੇ ਜ਼ਾਤ ਹਨੇਰੇ ਦੀ, ਸ਼ਾਮਾਂ ਪੈਂਦਿਆਂ ਚੜ ਕੇ ਆਈ ਜੂੰ ਬਾਰਾਤ ਹਨੇਰੇ ਦੀ, ਹਰ ਪਾਸੇ ਹੀ ਹੋਵਣ ਲੱਗ ਪਈ ਫਿਰ ਗੱਲਬਾਤ ਹਨੇਰੇ ਦੀ। ਬਹੁਤ ਅੱਛੇ ਸਰ, ਬਹੁਤ ਅੱਛੇ। ਅਤੇ ਤੁਸੀਂ ਗਜ਼ਲ ਜ਼ਿਆਦਾ ਲਿਖੀ ਹੈ ਜਾਂ ਕਾਫੀ ਜ਼ਿਆਦਾ ਲਿਖੀ ਹੈ? ਮੈਂ ਜੀ ਗੀਤ ਕਾਫੀ ਔਰ ਨਜ਼ਮਾਂ ਪੰਜਾਬੀ ਦੀਆਂ ਬਹੁਤ ਲਿਖੀਆਂ। ਮੇਰੇ ਕੋਲ ਇੰਨਾ ਮੈਂ ਲਿਖਿਆ ਕਿ ਮੇਰੇ ਕੋਲ ਸਾਂਭਣ ਲਈ ਟਾਈਮ ਨਹੀਂ ਹੈਗਾ, ਤੇ ਇਤਫਾਕ ਦੀ ਗੱਲ ਹੈ ਮੇਰਾ ਕੋਈ ਐਸਾ ਮੈਨੂੰ ਮਯਸਰ ਵੀ ਨਹੀਂ। ਬੱਚਿਆਂ ਨੂੰ ਕਹੋ ਨਾ ਜੀ ਉਹ ਸਾਂਭ ਕੇ, ਇਹਦੇ ਲਈ ਥੋੜ੍ਹਾ ਜਿਹਾ ਮੁਸ਼ਕਿਲ ਕੰਮ ਹੈ, ਕਿਉਂਕਿ ਇਹ ਚੀਜ਼ਾਂ ਵੱਖਰੋ ਵੱਖਰੀਆਂ ਕਰਨੀਆਂ, ਉਹਨਾਂ ਨੂੰ ਆਪਣੇ ਉਸ ਹਿਸਾਬ 'ਚ ਲੈ ਕੇ ਆਉਣਾ। ਬਹਰਹਾਲ ਮੇਰੀਆਂ ਕਿਤਾਬਾਂ, ਮੇਰੀ ਗੀਤਾਂ ਦੀ ਕਿਤਾਬ ਜਿਹੜੀ ਸੀ, ਉਹਦੇ 'ਤੇ ਅਹਿਮਦ ਰਾਹੀ ਸਾਹਿਬ ਨੇ ਲੈਬ ਵੀ ਲਿਖਿਆ, ਠੀਕ ਹੈ ਜੀ, ਅਤੇ ਇਹ ਮੇਰੇ ਵਾਸਤੇ ਬੜੀ ਵੱਡੀ ਇਜ਼ਾਜ਼ ਦੀ ਗੱਲ ਹੈ। ਲੇਕਿਨ ਅਫਸੋਸ ਦੀ ਗੱਲ ਇਹ ਕਿ ਮੈਂ ਉਹ ਕਿਤਾਬ ਹਾਲੇ ਤੱਕ ਛਾਪ ਨਹੀਂ ਸਕਿਆ। ਅੱਛਾ। ਗੰਦਲਾਂ ਦਾ ਭਾਰ। ਵਾਹ ਵਾਹ। ਗੰਦਲਾਂ ਦਾ ਸਾਗ ਸੀ ਜੇ ਤੁਸੀਂ ਭਾਰ ਖਾ। ਮੈਂ ਗੰਦਲਾਂ ਦਾ ਭਾਰ। ਕੀ ਬਾਤ ਹੈ। ਵਾਹ। ਤੇ ਇਹ ਮੇਰੀ ਪੰਜਾਬੀ ਦੀ ਗੀਤਾਂ ਦੀ ਕਿਤਾਬ ਹੈ। ਵਾਹ ਜੀ। ਤੇ ਕਿੰਨੀਆਂ ਕਿਤਾਬਾਂ ਨੇ ਤੁਹਾਡੀਆਂ? ਮੇਰੀਆਂ ਜੀ ਕਾਫੀਆਂ ਦੀ ਕਿਤਾਬ ਹੈ ਜੀ, ਜਿਹੜਾ ਮੁਸਵਦਾ ਤਿਆਰ ਹੈ। ਤਿਆਰ ਹੈ ਜੀ। ਗੀਤਾਂ ਦੀ ਕਿਤਾਬ ਦਾ ਮੁਸਵਦਾ ਤਿਆਰ ਹੈ। ਠੀਕ ਹੈ। ਬੱਚਿਆਂ ਲਈ ਨਜ਼ਮਾਂ ਦਾ ਮੁਸਵਦਾ ਤਿਆਰ ਹੈ। ਵਾਹ। ਔਰ ਜਨਰਲ ਬੱਚਿਆਂ ਦੀ, ਬੱਚਿਆਂ ਦੀ ਬਾਲ ਅਦਬ ਵਿੱਚ ਬਹੁਤ ਕੰਮ ਕੀਤਾ ਹੈ। ਉਰਦੂ 'ਚ ਵੀ, ਪੰਜਾਬੀ 'ਚ ਮੈਂ ਦੋਨਾਂ 'ਚ ਅਲਹਮਦੁਲਿਲਾ ਬਹੁਤ ਗੀਤ ਲਿਖੇ ਟੀ ਵੀ ਵਾਸਤੇ, ਬੱਚਿਆਂ ਦੇ, ਬੱਚਿਆਂ ਲਈ। ਠੀਕ ਹੈ। ਅਤੇ ਉਰਦੂ 'ਚ ਵੀ ਲਿਖੇ ਨੇ, ਪੰਜਾਬੀ 'ਚ ਵੀ ਲਿਖੇ ਨੇ। ਠੀਕ ਹੈ ਜੀ। ਅਤੇ ਗੱਲ ਇਹ ਹੈ ਕਿ ਵਸਾਇਲ ਦਸਤਿਆਬ ਨਹੀਂ ਹੈ, ਉਹੀ ਜਿਹੜੀ ਅਸੀਂ ਨਾਸ਼ਰਾਂ ਲਈ ਗੱਲ ਕਰ ਰਹੇ ਸਾਂ, ਨਾਸ਼ਰਾਂ ਵਾਲੀ ਜਿਹੜੀ ਗੱਲ ਕਰ ਰਹੇ ਸਾਂ, ਨਾਸ਼ਰਾਂ ਦੇ ਇੱਥੇ ਅਸੀਂ ਚੜ੍ਹੇ ਕੋਈ ਨਹੀਂ। ਸਹੀ ਵਾ। ਅਤੇ ਨਾਸ਼ਰ ਸਾਨੂੰ ਸਾਡੇ ਨਾਲ ਕੋਈ ਨਹੀਂ ਚੜ੍ਹਿਆ, ਸਾਡੇ ਹੱਥ ਨਹੀਂ ਚੜ੍ਹੇ। ਨਹੀਂ ਸਰ। ਨਜ਼ਮ ਕੋਈ ਸੁਣਾਓ ਆਪਣੀ ਸਰ। ਹੰਝੂਆਂ ਦੀ ਤਾਰ। ਹੰਝੂਆਂ ਦੀ ਤਾਰ। ਮੈਂ ਹੰਝੂਆਂ ਦੀ ਤਾਰ ਬਣਾਈ ਰੋ ਕੇ ਹਜ਼ਾਰੋ ਸਾਲ। ਬਹੁਤ ਅੱਛੇ। ਮੈਂ ਹੰਝੂਆਂ ਦੀ ਤਾਰ ਬਣਾਈ ਰੋ ਕੇ ਹਜ਼ਾਰੋ ਹਜ਼ਾਰ ਬਣਾਈ, ਤਨ ਮਿੱਟੀ ਦੀ ਗਾਰ ਬਣਾਈ, ਇਕਨਾ ਲਈ ਕਈ ਵਾਰ ਬਣਾਈ, ਹਿਜਰਾਂ ਦੇ ਅਨੁਸਾਰ ਬਣਾਈ, ਖਾਕ ਬਦਨ ਦੀ ਪਾਰ ਬਣਾਈ, ਮੈਂ ਹੰਝੂਆਂ ਦੀ ਤਾਰ ਬਣਾਈ। ਬਹੁਤ ਅੱਛੇ। ਵਾਹ ਵਾਹ। ਸੋਚਾਂ ਦੇ ਤਕਲੇ ਦੀਆਂ ਚੋਭਾਂ, ਲਾਗ ਲੱਗੇ ਤਨ ਮਨ ਵਿੱਚ ਖੋਭਾਂ, ਪਿਆਰ ਦਿਲੇ ਦੇ ਅੰਦਰ ਡੋਭਾਂ, ਮਹਿਜੂਰਾਂ ਦੀ ਸਾਰ ਬਣਾਈ, ਮੈਂ ਹੰਝੂਆਂ ਦੀ ਤਾਰ। ਕਿਆ ਕਹਿੰਦੇ ਗਜ਼ਲ ਸਾਨੂੰ ਇੱਕ ਹੋਰ ਸੁਣਾ ਦਿਓ ਜੀ। ਗਜ਼ਲ ਤੁਹਾਨੂੰ ਸੁਣਾ ਅਸੀਂ ਕਹਿੰਦੇ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ ਸੁਣ ਲਈਏ ਜੀ ਅਸੀਂ।
ਮੈਂ ਖਬਰੇ ਇਮਕਾਨ ਹਾਂ ਕੋਈ ਲੰਘ ਦੇ ਪਲ ਸਮੇਂ ਦਾ। ਵਾਹ। ਮੈਂ ਖਬਰੇ ਇਮਕਾਨ ਹਾਂ ਕੋਈ, ਬਹੁਤ ਅੱਛੇ, ਲੰਘ ਦੇ ਪਲ ਸਮੇਂ ਦਾ, ਅੱਜ ਪਲਕੇ ਦੀ ਖੇਡ ਰਚਾਇਆ ਹੋਇਆ ਕੱਲ ਸਮੇਂ ਦਾ। ਵਾਹ 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 ਵਾਹ। ਅੱਜ ਪਲਕੇ ਦੀ ਖੇਡ ਰਚਾਇਆ ਹੋਇਆ ਕੱਲ ਸਮੇਂ ਦਾ। ਵਾਹ ਵਾਹ ਵਾਹ। ਪਿਛਲੀ ਪੀੜ੍ਹੀ ਧੌਣ ਮੇਰੀ ਵਿੱਚ ਛੱਡੀਆਂ ਜ਼ਿੰਮਾ ਲਾਇਆ। ਆਏ ਹਾਏ। ਪਿਛਲੀ ਪੀੜ੍ਹੀ ਧੌਣ ਮੇਰੀ ਵਿੱਚ ਛੱਡੀਆਂ ਜ਼ਿੰਮਾ ਲਾਇਆ। ਵਾਹ। ਨਵਾਂ ਸੁਨੇਹਾ ਤੂੰ ਵੀ ਕੋਈ ਜਾ ਕੇ ਕੱਲ ਸਮੇਂ ਦਾ। ਕਿਆ ਬਾਤ, ਬਹੁਤ ਅੱਛੀ। ਪਿਛਲੀ ਪੀੜ੍ਹੀ ਧੌਣ ਮੇਰੀ ਵਿੱਚ ਛੱਡੀਆਂ ਜ਼ਿੰਮਾ ਲਾਇਆ। ਵਾਹ ਵਾਹ। ਨਵਾਂ ਸੁਨੇਹਾ ਤੂੰ ਵੀ ਜਾ ਕੇ, ਤੂੰ ਵੀ ਕੋਈ ਜਾ ਕੇ ਕੱਲ ਸਮੇਂ ਦਾ। ਵੇਲਾ ਕਿੰਨਾ ਚਿਰ ਹੰਢਾਈ ਇੱਕ ਤਲਾਈ ਬਾਬੇ ਦੀ। ਵਾਹ ਵਾਹ ਵਾਹ। ਵੇਲਾ ਕਿੰਨਾ ਚਿਰ ਹੰਢਾਈ ਇੱਕ ਤਲਾਈ ਬਾਬੇ ਦੀ, ਲੋਗੜ ਪਿੰਜਦਿਆਂ ਪਿੰਜਾ ਵੀ ਨਾ ਜਾਵੇ ਕੱਲ ਸਮੇਂ ਦਾ। ਵਾਹ, ਬਹੁਤ ਅੱਛੇ। ਲੋਗੜ ਪਿੰਜਦਿਆਂ ਪਿੰਜਾ ਵੀ ਨਾ ਜਾਵੇ, ਪੂਰੀ ਸਕਾਫਤ ਹੈ। ਹਾਂਜੀ, ਉਹਦੇ ਵਿੱਚ ਸਾਰਾ ਤੁਸੀਂ ਮਾਸ਼ਾਅੱਲਾ ਕਲਚਰ ਪੇਸ਼ ਕਰਦੇ ਜੀ। ਸਾਵਾਂ ਦੀਆਂ ਪੂਣੀਆਂ ਕੱਤ ਕੱਤ ਲਾਲਾ ਸੁੱਟੀ ਜਾਵੇ। ਵਾਹ। ਸਾਵਾਂ ਦੀਆਂ ਪੂਣੀਆਂ ਕੱਤ ਕੱਤ ਲਾਲਾ ਸੁੱਟੀ ਜਾਵੇ, ਜਿੰਦ ਹਯਾਤੀ ਚਰਖਾ ਕੱਤੇ ਚੱਲ ਸੋ ਚੱਲ ਸਮੇਂ ਦਾ। ਵਾਹ ਜੀ ਵਾਹ। ਸਾਵਾਂ ਦੀਆਂ ਪੂਣੀਆਂ ਕੱਤ ਕੱਤ ਲਾਲਾ ਸੁੱਟੀ ਜਾਵੇ, ਵਾਹ, ਜਿੰਦ ਹਯਾਤੀ ਚਰਖਾ ਕੱਤੇ ਚੱਲ ਸੋ ਚੱਲ ਸਮੇਂ ਦਾ। ਸਾਡੇ ਲਈ ਸਭ ਖੇਡ ਰਚਾ ਕੇ ਸਾਥੋਂ ਹੀ ਓਲਾ ਰੱਖਿਆ। ਵਾਹ। ਸਾਡੇ ਲਈ ਸਭ ਖੇਡ ਰਚਾ ਕੇ ਸਾਥੋਂ ਹੀ ਓਲਾ ਰੱਖਿਆ, ਕੰਧ ਉਸਾਰ ਕੇ ਲਿਖਤਾਂ ਲਿਖੀਆਂ। ਵਾਹ। ਦਲਿਆ ਦਲ ਸਮੇਂ ਦਾ। ਕਿਆ ਬਾਤ। ਕੰਧ ਉਸਾਰ ਕੇ ਲਿਖਤਾਂ ਲਿਖੀਆਂ, ਦਲਿਆ ਦਲ ਸਮੇਂ ਦਾ। ਅੱਧ ਵਿਚਕਾਰ ਅੱਧ ਵਿਚਕਾਰਾਂ ਪੂਰਨੀਆਂ ਪਾਈ, ਤਖਤੀ ਲਿਖਣੋਂ ਰਹਿ ਗਈ। ਵਾਹ। ਅੱਧ ਵਿਚਕਾਰੀ ਪੂਰਨੀਆਂ ਪਾਈ, ਤਖਤੀ ਲਿਖਣੋਂ ਰਹਿ ਗਈ। ਵਾਹ। ਛੁੱਟੀ ਨਹੀਂ ਸੀ ਕਰਨੀ ਕਿਉਂ ਖੜਕਾਇਆ ਟਲ ਸਮੇਂ ਦਾ। ਬਹੁਤ ਅੱਛੀ। ਛੁੱਟੀ ਨਹੀਂ ਸੀ ਕਰਨੀ ਕਿਉਂ ਖੜਕਾਇਆ ਟਲ ਸਮੇਂ ਦਾ, ਪੀੜਾਂ ਦਰਦਾਂ ਟੀਸਾਂ ਦੁੱਖਾਂ ਹੰਝੂਆਂ ਰਿੰਨੀ ਮਿੱਟੀ। ਅੱਛਾ। ਪੀੜਾਂ ਦਰਦਾਂ ਟੀਸਾਂ ਦੁੱਖਾਂ ਹੰਝੂਆਂ ਰਿੰਨੀ ਮਿੱਟੀ, ਚਾਕ ਚੜ੍ਹਾਈ ਵਲ ਵਲ ਪਾਇਆ ਗਲਵੇਂ ਵੱਲ ਸਮੇਂ ਦਾ। ਬਹੁਤ ਅੱਛਾ, ਬਹੁਤ ਅੱਛਾ। ਪੀੜਾਂ ਦਰਦਾਂ ਟੀਸਾਂ ਦੁੱਖਾਂ ਹੰਝੂਆਂ ਰਿੰਨੀ ਮਿੱਟੀ, ਚਾਕ ਚੜ੍ਹਾਈ ਵਲ ਵਲ ਪਾਇਆ ਗਲਵੇਂ ਵੱਲ ਸਮੇਂ ਦਾ। ਬਾਲਣ ਪਾਲ ਕੇ ਚਾਰੋਂ ਪਾਸੇ ਫੇਰ ਹਨੇਰਾ ਕੀਤਾ। ਬਾਲਣ ਪਾਲ ਕੇ ਚਾਰੋਂ ਪਾਸੇ ਫੇਰ ਹਨੇਰਾ ਕੀਤਾ, ਭਾਂਬੜ ਇਜਦਾ ਬਾਲ ਭਿਜਾਵੇ ਬਾਲਣ ਬਲ ਸਮੇਂ ਦਾ। ਭਾਂਬੜ ਇਜਦਾ ਬਾਲ ਭਿਜਾਵੇ ਬਾਲਣ ਬਲ ਸਮੇਂ ਦਾ, ਰੜੇ ਮੈਦਾਨੇ ਸੁੱਕਣੇ ਪਾਈ ਧੁੱਪ ਦੀ ਗਠੜੀ ਬਣ ਕੇ। ਰੜੇ ਮੈਦਾਨੇ ਸੁੱਕਣੇ ਪਾਈ ਧੁੱਪ ਦੀ ਗਠੜੀ ਬਣ ਕੇ, ਸ਼ਾਮਾਂ ਪੈਂਦੇ ਹੋ ਜਾਂਦਾ ਏ ਥਲ ਦਾ ਥਲ ਸਮੇਂ ਦਾ। ਬਹੁਤ ਅੱਛਾ। ਮੈਂ ਖਬਰੇ ਇਮਕਾਨ ਹਾਂ ਕੋਈ ਲੰਘ ਦੇ ਪਲ ਸਮੇਂ, ਅੱਜ ਪਲਕੇ ਦੀ ਖੇਡ ਰਚਾਇਆ ਹੋਇਆ ਕੱਲ ਸਮੇਂ। ਬਹੁਤ ਅੱਛਾ ਸ਼ੇਰ, ਕਿਆ ਕਹਿੰਦੇ। ਵਾਹ ਵਾਹ। ਅਲੀ ਅਸਗਰ ਬਾਦਸ਼ਾਹ ਜਦੋਂ ਅਸੀਂ ਸ਼ਾਇਰੀ ਸੁਣੀ ਹੈ, ਉਹਨਾਂ ਦੀ ਗਜ਼ਲਾਂ ਸੁਣੀਆਂ ਨੇ, ਨਜ਼ਮ ਸੁਣੀ, ਗੀਤ ਸੁਣੇ ਕਾਫੀ, ਇੱਕ ਗੀਤ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ 'ਤੇ। ਪ੍ਰੋਗਰਾਮ ਦਾ ਵੇਲਾ ਸਾਡਾ ਮੁੱਕਣ ਵਾਲਾ ਹੋ ਗਿਆ, ਅਤੇ ਬਹੁਤ ਸ਼ੁਕਰੀਆ ਤੁਹਾਡਾ ਅਦਾ ਕਰਦੇ ਹਾਂ। ਇੱਕ ਮੈਨੂੰ ਵੀ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਹੈ, ਬੜਾ ਅੱਛਾ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ। ਬਹੁਤ ਮਿਹਰਬਾਨੀ। ਅੱਜ ਅਸੀਂ ਕਿਤਾਬ ਦੇ ਹਵਾਲੇ ਨਾਲ ਵੀ ਬੜੀ ਖੂਬਸੂਰਤ ਗੱਲ ਹੋਈ ਹੈ, ਔਰ ਤੁਹਾਡੀ ਸ਼ਾਇਰੀ ਵੀ ਸੁਣੀ, ਔਰ ਤੁਹਾਡੇ ਨਾਲ ਗੱਲਬਾਤ ਵੀ ਹੋਈ ਹੈ। ਇਸ ਕਿਤਾਬ ਦੇ ਹਵਾਲੇ ਜਿਹੜੀ ਗੁਫ਼ਤਗੂ ਹੋਈ, ਇਹਦਾ ਪੈਗਾਮ ਨਵੀਂ ਨਸਲ ਤੱਕ ਪਹੁੰਚਣਾ ਚਾਹੀਦਾ ਹੈ ਕਿ ਕਿਤਾਬ ਜਿਹੜੀ ਹੈ ਉਹਦੀ ਅਹਿਮੀਅਤ ਜਿਹੜੀ ਹੈ ਉਹਨੂੰ ਸਮਝੋ, ਉਹਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਹੈ ਸਵਾਰੋ। ਜਿਹੜਾ ਛਪਿਆ ਹੋਇਆ ਲਫ਼ਜ਼ ਹੈ ਨਾ, ਉਹਦੀ ਅਹਿਮੀਅਤ ਜ਼ਿੰਦਗੀ ਭਰ ਕਰਦੇ, ਖਤਮ ਨਹੀਂ ਹੋ ਸਕਦੀ, ਕਦੇ ਖਤਮ ਨਹੀਂ ਹੋ ਸਕਦੀ। ਬਿਲਕੁਲ ਸਹੀ। ਅਤੇ ਲਿਹਾਜ਼ਾ ਕਿਤਾਬ ਕਲਚਰ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਔਰ ਕਿਉਂਕਿ ਸਾਡਾ ਇਹ ਪੰਜਾਬੀ ਦਾ ਅਦਾਰਾ ਜਿਹੜਾ ਇਹ ਕਿਤਾਬਾਂ ਛਾਪਦਾ ਵੀ ਹੈ, ਅਤੇ ਕਿਤਾਬ ਕਲਚਰ ਨੂੰ ਪ੍ਰਮੋਟ ਕਰਨ ਵਿੱਚ ਬੜਾ ਬੁਨਿਆਦੀ ਰੋਲ ਅਦਾ ਕਰ ਰਿਹਾ। ਮੈਂ ਤੁਹਾਡੇ ਇਦਾਰੇ ਵਾਸਤੇ ਬੜੇ ਅੱਛੇ ਜਜ਼ਬਾਤ ਰੱਖਣਾ, ਔਰ ਤੁਹਾਡੇ ਵਾਸਤੇ ਦੁਆਵਾਂ ਵੀ ਕਰਨਾ। ਬਹੁਤ ਸ਼ੁਕਰੀਆ ਜੀ, ਬੜੀ ਮੁਹੱਬਤ ਤੁਹਾਡੀ, ਸਲਾਮਤ ਰਹੋ। ਔਰ ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਮੁੱਕਣ ਦਾ ਜੀ, ਅਤੇ ਵੇਲੇ ਦੀ ਗੱਲ ਹੋਈ ਹੈ ਅਤੇ ਗਜ਼ਲ ਸੁਣਦੇ ਹਾਂ ਅਸੀਂ ਅਲੀ ਅਸਗਰ ਅੱਬਾਸ ਸਾਹਿਬ ਦੀ, ਕਿ ਲਾਰਾ ਲੱਪਾ ਲਾ ਕੇ ਵੇਲਾ ਸਭ ਖੇਡ ਖਿਡਾਏ ਵੇਲਾ, ਲਾਰਾ ਲੱਪਾ ਲਾ ਕੇ ਵੇਲਾ। ਆਸਫ ਜਵੇਦ ਮਹਿੰਦੀ ਸਾਹਿਬ ਕੋਲੋਂ ਸੁਣਦੇ ਹਾਂ, ਲਾਰਾ ਲੱਪਾ ਲਾ ਕੇ ਵੇਲਾ ਸਭ ਖੇਡ ਖਿਡਾਏ ਵੇਲਾ। ਇਹਦੇ ਨਾਲ ਵੀ ਇਜਾਜ਼ਤ ਵੀ ਲਾਂਗੇ ਤੁਹਾਡੇ ਕੋਲੋਂ, ਜਿਉਂਦੇ ਵਾਸਤੇ ਰਹੋ, ਰੱਬ ਰਾਖਾ ਅਤੇ ਅੱਲਾ ਦੇ। ਸਭ ਨੂੰ ਖੇਡ ਖਿਡਾਏ ਵੇ।
लारा लब्बा लाए सबनू खेड खड़ाए बेला लारा लब्बा लाए बेला जेड़ा लप लप हंजू सुटे जेड़ा लप लप हंजू सुटे जेड़ा लप लप हंजू सुटे ओम रजवाए वेला सबनू खेड खड़ाए बेला लारा लप्पा लाए बेला सबनू खेड खड़ाए बेला लारा लप्पा लाए बेला जेड़ा इनू लब्बन टुरदा जेड़ा इनू लब्बन टुरदा ओनू पिछे लाए बेला सबनू खेड खड़ाए बेला लारा लप्पा लाए बेला सबनू खेड खड़ाए बेला लारा लप्पा लाए बेला असगर मुकदी गल मुकाम असगर मुकदी गल मुकाम असगर मुकदी गल मुकाम परते ना परताए बेला सबनू खेड खड़ाए बेला लारा लप्पा लाए बेला सबनू खेड खड़ाए।